भारत वर्ल्ड कप तो एक कदम दूर है और वर्ल्ड कप का फाइनल होने जा रहा है। स्टार बल्लेबाज शुभमन गिल के घर शुभमन गिल के जद्दी पिंड जैमल सिंह वाला और शुभमन गिल का यह जद्दी घर है जिस घर के शुभमन गिल खेलता रहा है। शुभमन बचपन दे विच इत्थे ही खेड़दा हुंदा सी। शुभमन दे बचपन दी यादा जिहड़ी है वो दादा दीदार सिंह संभाल के रखी हुई है उन्हां दे वल्लों तुहानूं तस्वीरां च दिखाने आ। ਪੁਰਾਣੀਆਂ ਯਾਦਾਂ ਜਿਹੜੀਆਂ ਸ਼ੁਭਮਨ ਦੀਆਂ ਉਹ ਅੱਜ ਵੀ ਦਾਦਾ ਦਾਦੀ ਵੱਲੋਂ ਸੰਭਾਲ ਕੇ ਰੱਖੀਆਂ ਹੋਈਆਂ। ਅਸੀਂ ਬਹੁਤ ਬਹੁਤ ਵੱਡੀਆਂ ਆਸਾਂ ਰੱਖਦੇ ਹਾਂ ਤੁਹਾਡੇ ਅੱਗੇ ਵੀ ਤੁਹਾਡੇ 'ਚ ਵੀ ਕੋਈ ਸ਼ੁਭ ਮਨ ਕੇ ਅੱਗੇ ਅੱਗੇ ਆਵੇ। ਬਚਪਨ ਦੀ ਤਸਵੀਰ ਹੈ ਸ਼ੁਭਮਨ ਦੀ ਜਦ ਉਹ ਛੋਟਾ ਹੁੰਦਾ ਸੀ। ਭਾਰਤ ਆਸਟ੍ਰੇਲੀਆ ਦੇ ਵਿਚਾਲੇ ਫਾਈਨਲ ਹੋਣ ਜਾ ਰਿਹਾ ਹੈ ਔਰ ਫਾਈਨਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ ਕਿ ਉਮੀਦ ਹੈ ਕਾਮਯਾਬੀ ਜਿਹੜੀ ਹੈ ਵੱਡੀ ਕਾਮਯਾਬੀ ਹੁਣ ਤੱਕ ਭਾਰਤੀ ਟੀਮ ਨੂੰ ਮਿਲੀ ਹੈ। ਕਿਸ ਤਰ੍ਹਾਂ ਦੀਆਂ ਤਿਆਰੀਆਂ ਔਰ ਕੀ ਸੋਚਦੇ ਆ ਆਪਣੇ ਪੋਤੇ ਦੇ ਬਾਰੇ ਕਹਿਣਾ ਚਾਹੋਗੇ? ਕੱਲ ਫਾਈਨਲ ਹੋਣ ਜਾ ਰਿਹਾ ਫਿਰ ਅੱਜ ਧੜਕਣ ਵਧੀਆ ਰਾਤ ਨੀਂਦ ਆਜੂ ਅੱਜ? ਨੀਂਦ ਤਾਂ ਪੁੱਤ ਵੀ ਥੋੜ੍ਹੀ ਜਿਹੀ ਤਾਂ ਪ੍ਰੋਬਲਮ ਆਊਗੀ। ਆਖਰ ਜਿੰਨੀ ਕੁ ਉਹਨਾਂ ਨੂੰ ਚਿੰਤਾ ਹੁੰਦੀ ਉੰਨੀ ਕੁ ਤਾਂ ਮੈਨੂੰ ਵੀ ਪੁੱਤ ਆਊਗੀ। ਅਰੇ ਜਿੰਨੇ ਮੈਚ ਉਹਨਾਂ ਨੇ ਜਿੱਤ ਕੇ ਮੇਰੇ ਦੇਸ਼ ਦੀ ਝੋਲੀ 'ਚ ਭਾਰਤ ਦੀ 'ਚ ਪਾਏ ਆ ਪੁੱਤ। ਮੇਰਾ ਤਾਂ ਉੱਦਾਂ ਦਾ ਜਿਹੜਾ ਹੈਗਾ ਕਾਫੀ ਐਂ ਆ ਖੂਨ ਵੱਧ ਜਾਂਦਾ ਬੰਦੇ ਦਾ। ਬੜਾ ਚਿੱਤ ਰਾਜੀ ਹੋਇਆ ਕਿ ਜਿੰਨੇ ਮੈਚ ਖੇਡਿਆ ਮੇਰੇ ਸ਼ੇਰਿਆਂ ਨੇ ਸਾਰੀ ਬਹੁਤ ਸ਼ੁਭ ਹੋ ਗਿਆ, ਕੋਹਲੀ ਹੋ ਗਿਆ, ਸ਼ਰਮਾ ਹੋ ਗਿਆ, ਜੋ ਕਿ ਮੇਰੇ ਗੇਂਦਬਾਜ਼ ਹੈ ਅਤੇ ਮੈਂ ਸਭ ਨੂੰ ਬਹੁਤ ਆਪਦੇ ਦਿਲੋਂ ਬਹੁਤ ਬਹੁਤ ਵਧਾਈਆਂ ਦਿੰਦਾ, ਮੁਬਾਰਕਾਂ ਮੇਰੀ। ਤੁਸੀਂ ਦੇਖ ਰਹੇ ਹੋ ਸਾਂਝਾ ਟੀ ਵੀ ਪੰਜਾਬ, ਮੈਂ ਹਾਂ ਰਵਿੰਦਰ ਤਨੇਜਾ। ਭਾਰਤ ਵਰਲਡ ਕੱਪ ਤੋਂ ਇੱਕ ਕਦਮ ਦੂਰ ਹੈ ਔਰ ਵਰਲਡ ਕੱਪ ਦਾ ਫਾਈਨਲ ਹੋਣ ਜਾ ਰਿਹਾ ਹੈ। ਅਸੀਂ ਇਸ ਟਾਈਮ ਮੌਜੂਦ ਹਾਂ ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਘਰ, ਸ਼ੁਭਮਨ ਗਿੱਲ ਦੇ ਜੱਦੀ ਪਿੰਡ ਜੈਮਲ ਸਿੰਘ ਵਾਲਾ ਔਰ ਸ਼ੁਭਮਨ ਗਿੱਲ ਦਾ ਇਹ ਜੱਦੀ ਘਰ ਹੈ ਜਿਸ ਘਰ ਦੇ ਵਿੱਚ ਸ਼ੁਭਮਨ ਗਿੱਲ ਖੇਡਦਾ ਰਿਹਾ। ਔਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਜਗ੍ਹਾ ਹੈਗੀ ਹੈ ਇਹ ਇੱਕ ਪਿੱਚ ਹੁੰਦੀ ਸੀ ਔਰ ਸ਼ੁਭਮਨ ਬਚਪਨ ਦੇ ਵਿੱਚ ਇੱਥੇ ਹੀ ਖੇਡਦਾ ਹੁੰਦਾ ਸੀ। ਦੱਸ ਦਈਏ ਕਿ ਸ਼ੁਭਮਨ ਗਿੱਲ ਦੇ ਦਾਦਾ ਦੀਦਾਰ ਸਿੰਘ ਉਹ ਬੋਲਾਂ ਪਾਉਂਦੇ ਸੀ ਔਰ ਸ਼ੁਭਮਨ ਖੇਡਦਾ ਸੀ। ਔਰ ਅੱਜ ਵੀ ਸ਼ੁਭਮਨ ਦੇ ਬਚਪਨ ਦੀਆਂ ਯਾਦਾਂ ਜਿਹੜੀਆਂ ਉਹ ਦਾਦਾ ਦੀਦਾਰ ਸਿੰਘ ਸੰਭਾਲ ਕੇ ਰੱਖੀਆਂ ਹੋਈਆਂ ਉਹਨਾਂ ਦੇ ਵੱਲੋਂ ਤੁਹਾਨੂੰ ਤਸਵੀਰਾਂ 'ਚ ਦਿਖਾਉਂਦੇ ਹਾਂ। ਬੈਟ ਹੈਗੇ ਆ, ਗਲਵਜ਼ ਹੈਗੇ ਆ ਔਰ ਜੋ ਸ਼ੁਭਮਨ ਨੇ ਟਰੋਫੀ ਜਿੱਤੀਆਂ ਉਹ ਵੀ ਹੈਗੀਆਂ। ਪੁਰਾਣੀਆਂ ਯਾਦਾਂ ਜਿਹੜੀਆਂ ਸ਼ੁਭਮਨ ਦੀਆਂ ਉਹ ਅੱਜ ਵੀ ਦਾਦਾ ਦਾਦੀ ਵੱਲੋਂ ਸੰਭਾਲ ਕੇ ਰੱਖੀਆਂ ਹੋਈਆਂ ਤਸਵੀਰਾਂ ਹੈਗੀਆਂ, ਤੁਹਾਨੂੰ ਤਸਵੀਰਾਂ ਦਿਖਾ ਦਈਏ। ਬਚਪਨ ਦੀ ਤਸਵੀਰ ਹੈ ਸ਼ੁਭਮਨ ਦੀ ਜਦ ਉਹ ਛੋਟਾ ਹੁੰਦਾ ਸੀ। ਤਾਂ ਇਸੇ ਤਰ੍ਹਾਂ ਹੀ ਕਈ ਹੋਰ ਯਾਦਾਂ ਹੈਗੀਆਂ ਸ਼ੁਭਮਨ ਦੀਆਂ ਪਰਿਵਾਰ ਦੀਆਂ, ਪਰਿਵਾਰ ਦੇ ਨਾਲ ਜੁੜੀਆਂ ਹੋਈਆਂ ਜੋ ਦਾਦੇ ਨੇ ਸੰਭਾਲ ਕੇ ਰੱਖੀਆਂ। ਤਾਂ ਗੱਲ ਕਰਾਂਗੇ ਕੱਲ੍ਹ ਭਾਰਤ ਆਸਟ੍ਰੇਲੀਆ ਦੇ ਵਿਚਾਲੇ ਫਾਈਨਲ ਹੋਣ ਜਾ ਰਿਹਾ ਹੈ ਔਰ ਫਾਈਨਲ ਨੂੰ ਲੈ ਕੇ ਕਿਸ ਤਰ੍ਹਾਂ ਦਾ ਮਾਹੌਲ ਹੈਗਾ, ਕਿ ਉਮੀਦ ਹੈ ਔਰ ਦੱਸ ਦਈਏ ਕਿ ਇੱਕ ਕਾਮਯਾਬੀ ਜਿਹੜੀ ਹੈ ਵੱਡੀ ਕਾਮਯਾਬੀ ਹੁਣ ਤੱਕ
ਭਾਰਤੀ ਟੀਮ ਨੂੰ ਮਿਲੀ ਆ। ਭਾਰਤੀ ਟੀਮ ਨੇ ਸਾਰੇ ਦੇ ਸਾਰੇ ਮੈਚ ਜਿਹੜੇ ਹੈਗੇ ਆ ਉਹ ਜਿੱਤੇ ਆ ਔਰ ਕੱਲ੍ਹ ਫਾਈਨਲ ਹੈਗਾ। ਦਾਦਾ ਦੀਦਾਰ ਸਿੰਘ ਮੌਜੂਦ ਹੈਗੇ ਆ, ਉਹਨਾਂ ਨਾਲ ਗੱਲਬਾਤ ਕਰਾਂਗੇ ਕੱਲ੍ਹ ਦੇ ਫਾਈਨਲ ਨੂੰ ਲੈ ਕੇ ਕਿਸ ਤਰ੍ਹਾਂ ਦੀਆਂ ਤਿਆਰੀਆਂ ਔਰ ਕੀ ਸੋਚਦੇ ਆ ਆਪਣੇ ਪੋਤੇ ਦੇ ਬਾਰੇ, ਕਿਉਂਕਿ ਕ੍ਰਿਕਟ ਦੀ ਜੇਕਰ ਗੱਲ ਕਰ ਲਿੱਤੀ ਜਾਵੇ ਤਾਂ ਕ੍ਰਿਕਟ ਸਾਡੇ ਮੁਲਕ ਦੇ ਵਿੱਚ ਕਿਸੇ ਧਰਮ ਦੇ ਨਾਲੋਂ ਘੱਟ ਨਹੀਂ ਔਰ ਬਹੁਤ ਵੱਡੇ ਪੱਧਰ 'ਤੇ ਜਿਹੜਾ ਹੈਗਾ ਕੱਲ੍ਹ ਦੇ ਫਾਈਨਲ ਮੈਚ ਨੂੰ ਲੈ ਕੇ ਪੂਰੇ ਭਾਰਤ ਦੇ ਵਿੱਚ ਜਿਹੜੀਆਂ ਤਿਆਰੀਆਂ ਚੱਲ ਰਹੀਆਂ। ਦਾਦਾ ਜੀ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਤੁਹਾਡਾ ਜੀ ਧੰਨਵਾਦ। ਕੀ ਕਹਿਣਾ ਚਾਹੋਗੇ, ਕੱਲ੍ਹ ਫਾਈਨਲ ਹੋਣ ਜਾ ਰਿਹਾ, ਫਿਰ ਅੱਜ ਧੜਕਣ ਵਧੀਆ, ਰਾਤ ਨੀਂਦ ਆਜੂ ਅੱਜ? ਨੀਂਦ ਤਾਂ ਪੁੱਤ ਵੀ ਥੋੜ੍ਹੀ ਜਿਹੀ ਤਾਂ ਪ੍ਰੋਬਲਮ ਆਊਗੀ, ਕਿਉਂਕਿ ਮੇਰਾ ਵੀ ਵੇਖਣਾ, ਯੋਗਦਾਨ ਦੇਣਾ ਉਹਨਾਂ ਨੂੰ। ਆਖਰ ਜਿੰਨੀ ਕੁ ਉਹਨਾਂ ਨੂੰ ਚਿੰਤਾ ਹੁੰਦੀ ਉੰਨੀ ਕੁ ਤਾਂ ਮੈਨੂੰ ਵੀ ਪੁੱਤ ਆਊਗੀ। ਪਰ ਮੇਰੀ ਮੈਂ ਸਾਰੀ ਟੀਮ ਨੂੰ ਮੁਬਾਰਕਾਂ ਦਿੰਦਾ, ਵਧਾਈਆਂ ਦਿੰਦਾ ਕਿ ਸਾਰੇ ਜਿੰਨੇ ਮੈਚ ਉਹਨਾਂ ਨੇ ਜਿੱਤ ਕੇ ਮੇਰੇ ਦੇਸ਼ ਦੀ ਝੋਲੀ 'ਚ, ਭਾਰਤ ਦੀ 'ਚ ਪਾਏ ਆ ਪੁੱਤ, ਮੇਰੇ ਨਿਓ ਬਹੁਤ ਬਹੁਤ ਉਹਨਾਂ ਨੂੰ ਵਧਾਈਆਂ ਮੁਬਾਰਕਾਂ ਮੇਰੇ ਬੱਚਿਆਂ ਨੂੰ, ਕਿ ਮੇਰਾ ਤਾਂ ਉੱਦਾਂ ਦਾ ਜਿਹੜਾ ਹੈਗਾ ਕਾਫੀ ਖੂਨ ਵੱਧ ਜਾਂਦਾ ਬੰਦੇ ਦਾ, ਬੜਾ ਚਿੱਤ ਰਾਜੀ ਹੋਇਆ ਕਿ ਜਿੰਨੇ ਮੈਚ ਖੇਡਿਆ ਮੇਰੇ ਸ਼ੇਰਿਆਂ ਨੇ ਸਾਰੀ, ਬਹੁਤ ਸ਼ੁਭ ਹੋ ਗਿਆ, ਕੋਹਲੀ ਹੋ ਗਿਆ, ਸ਼ਰਮਾ ਹੋ ਗਿਆ, ਜੋ ਕਿ ਮੇਰੇ ਗੇਂਦਬਾਜ਼ ਹੈ, ਕਿ ਮੈਂ ਸਭ ਨੂੰ ਪੁੱਤ ਆਪਦੇ ਦਿਲੋਂ ਬਹੁਤ ਬਹੁਤ ਵਧਾਈਆਂ ਦਿੰਦਾ, ਮੁਬਾਰਕਾਂ ਮੇਰੇ ਨੂੰ। ਬਾਬੂ ਜੀ, ਜੇਕਰ ਗੱਲ ਕੀਤੀ ਜਾਵੇ, ਇਹ ਯਾਦਾਂ ਸੰਭਾਲ ਕੇ ਰੱਖੀਆਂ ਬੈਟ ਜਿਹੜੇ ਤੁਹਾਡੇ ਵੱਲੋਂ ਸੰਭਾਲ ਕੇ ਰੱਖੇ ਬਚਪਨ ਦੇ? ਓਏ ਪੁੱਤ, ਜਵਾਕ ਮੈਥੋਂ ਬਹੁਤ ਮੰਗਦੇ ਆ, ਹੋਰ ਵੀ ਕੋਈ ਜਿਹੜੀ ਆ ਪੱਤਰਕਾਰ ਆ ਜਾਂਦੇ ਆ, ਮੈਂ ਕਿਹਾ ਵੀ ਮੈਥੋਂ ਹੋਰ ਕੋਈ ਚੀਜ਼ ਜਿਹੜੀ ਮਰਜ਼ੀ ਮੰਗ ਸਕਦੇ ਹਾਂ, ਪਰ ਇਹ ਮੇਰੀਆਂ ਜਿਹੜੇ ਮੇਰੇ ਪੋਤਰੇ ਦੀਆਂ ਬਚਪਨ ਦੀਆਂ ਨਿਸ਼ਾਨੀਆਂ ਛੋਟੀਆਂ ਨਾ, ਕਿ ਮੈਂ ਇਹਨਾਂ ਨੂੰ ਵੇਖ ਵੇਖ ਕੇ ਹੀ ਮੇਰਾ ਜਿਹੜਾ ਹੌਸਲਾ ਨਾ ਅਤੇ ਉਹ ਵਧੀ ਜਾਂਦਾ, ਵੀ ਇਹ ਨਹੀਂ ਮੈਂ ਦੇ ਸਕਦਾ, ਇਹ ਮੈਂ ਸੰਭਾਲ ਕੇ ਰੱਖੂੰਗਾ ਪੁੱਤ ਮੈਂ ਜਿੰਨਾ ਚਿਰ ਜਿਉਂਦਾ। ਅੱਛਾ, ਜੇਕਰ ਗੱਲ ਕਰ ਲਈ ਜਾਵੇ, ਕਿਸ ਦਿਨ ਕਿੰਨੇ ਕੁ ਦਿਨ ਹੋ ਗਏ ਸ਼ੁਭਮਨ ਨਾਲ ਗੱਲ ਹੋਈ ਆ ਤੁਹਾਡੀ ਹੁਣੇ ਕੋਈ ਵਰਲਡ ਕੱਪ ਇਸ ਵਰਲਡ ਕੱਪ ਦੇ ਦੌਰਾਨ? ਇਹ ਪੁੱਤ 2-3 ਦਿਨ ਹੋ ਗਏ ਗੱਲ ਹੋਈ ਨੂੰ, ਪਰ ਇਹਨਾਂ ਦਾ ਜਿਹੜਾ ਇਹ ਹੁਣ ਕੱਪ ਚੱਲੀ ਜਾਂਦਾ ਨਾ, ਇਹਦੇ ਵਿੱਚ ਮੇਰੇ ਜਿੰਨੇ ਖਿਡਾਰੀ ਆ ਸਾਰੇ ਵੀਜੀ ਆ, ਉਹਨਾਂ ਕੋਲ ਇੱਕ ਇੱਕ ਜਿਹੜਾ ਮਿੰਟ ਆ ਨਾ ਉਹ ਕੀਮਤੀ ਆ, ਅਸੀਂ ਪਰੇਸ਼ਾਨ ਨਹੀਂ ਕਰਕੇ ਰਾਜੀ ਉਹਨਾਂ ਨੂੰ, ਵੀ ਜੇ ਪ੍ਰੈਕਟਿਸ ਕਰਨੀ ਆ ਕੋਈ ਜਿਹੜੀ ਜਾਂ ਬੱਲ ਖੇਡਣਾ ਜਾਂ ਆਰਾਮ ਕਰਮਾ ਆਰਾਮ ਦੇ ਪਾਲਾ, ਉਹਨਾਂ ਵਾਸਤੇ ਪੁੱਤ ਬਹੁਤ ਜ਼ਰੂਰੀ ਹੈ, ਜ਼ਰੂਰੀ ਹੈ। ਇਹ ਸਾਡੇ ਵਾਸਤੇ ਗਲਤੀ ਆ ਉਹਨਾਂ ਨੂੰ ਜਿਹੜਾ ਵਾਰੀ ਵਾਰੀ ਫੋਨ ਕਰਨਾ, ਆਖਣਾ, ਇਹ ਕਰਨਾ, ਉਹ ਕਰਨਾ, ਇਹ ਪੁੱਤ ਮੁਨਾਸਿਬ ਨਹੀਂ ਰੱਖਦਾ। ਅੱਛਾ, ਕੱਲ੍ਹ ਫਾਈਨਲ ਹੋਣ ਜਾ ਰਿਹਾ, ਆਸਟ੍ਰੇਲੀਆ ਦੇ ਨਾਲ ਫਾਈਨਲ ਹੈਗਾ ਸਾਡਾ, ਕਿੱਦਾਂ ਦੇਖਦੇ ਹੋ ਕੱਲ੍ਹ ਵਾਲੇ ਮੈਚ ਨੂੰ ਲੈ ਕੇ? ਪੁੱਤ, ਆਪਾਂ ਸਾਰੇ ਵੇਖੀ ਜਾਂਦੇ ਹਾਂ ਵੀ ਸਾਰਿਆਂ ਦੀ ਜਿਹੜੀ ਬਹੁਤ ਸੋਹਣੀ ਗੇਮ ਹੈ, ਬੜਕ ਹੈ, ਜਿੱਤਣਗੇ। ਮੈਂ ਵੀ ਆਪਦੇ ਨੂੰ ਬੜੀ ਵੱਡੀ ਆਸ ਰੱਖੀ ਬੈਠਾ ਵੀ ਇਹ ਕੱਪ ਬਾਹਰ ਜਾਣ ਨਹੀਂ ਦੇਣਾ ਪੁੱਤ, ਤਗੜੇ ਹੋ ਜਾਓ, ਸ਼ੇਰੇ ਹੋ ਜਾਓ, ਬੜਕ ਕਰ ਦਿਓ, ਸਾਡਾ ਝੰਡਾ ਜਿਹੜਾ ਉੱਚਾ ਹੀ ਰਹੇ। ਮੈਨੂੰ ਵੀ ਬਹੁਤ ਸ਼ੌਂਕ ਆ, ਮੈਨੂੰ ਵੀ ਚਾਅ ਇਸ ਚੀਜ਼ ਦਾ ਬੜਾ। ਕੱਲ੍ਹ ਦੇ ਮੈਚ ਨੂੰ ਲੈ ਕੇ ਫਿਰ ਕਿੱਦਾਂ ਦੀਆਂ ਤਿਆਰੀਆਂ ਕੀਤੀਆਂ ਤੁਸੀਂ? ਪੁੱਤ, ਤਿਆਰੀਆਂ ਤਾਂ ਹੁਣ ਤੁਸੀਂ ਦਿਲੋਂ ਆਪਾਂ ਨੂੰ, ਤੁਹਾਨੂੰ ਵੀ ਮੈਨੂੰ ਲੱਗਦਾ ਵੀ ਤੁਹਾਨੂੰ ਵੀ ਬਹੁਤ ਖੁਸ਼ੀ ਆ, ਮੈਨੂੰ ਤਾਂ ਹੋਣੀਆਂ ਹੀ ਆ, ਮੇਰੇ ਪੁੱਤ ਆ ਅਤੇ ਸਾਰੇ ਦੇਸ਼ ਨੂੰ ਵੀ ਪੁੱਤ ਬਥੇਰੀਆਂ ਖੁਸ਼ੀਆਂ। ਤਿਆਰੀਆਂ ਤਾਂ ਹੁਣ ਸਵੇਰੇ ਕੱਲ੍ਹ ਨੂੰ ਹੀ ਵੇਖਾਂਗੇ ਕੀ ਬਣਦਾ ਹੈਗਾ, ਬਈ ਕਿੰਨੀਆਂ ਕੁ ਹੋਰ ਆਪਾਂ ਨੂੰ ਜਿਹੜੀਆਂ ਖੁਸ਼ੀਆਂ ਹੋਰ ਜ਼ਿਆਦਾ ਚੜ੍ਹਦੀਆਂ। ਬਿਲਕੁਲ, ਇਹ ਸਨ ਸ਼ੁਭਮਨ ਗਿੱਲ ਦੇ ਦਾਦਾ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਜੋ ਫਾਈਨਲ ਹੋਣ ਜਾ ਰਿਹਾ ਉਸ ਦੀਆਂ ਤਿਆਰੀਆਂ ਜਿਹੜੀਆਂ ਉਹ ਇਕੱਲੀਆਂ ਇਹਨਾਂ ਨੇ ਨਹੀਂ ਬਲਕਿ ਪੂਰੇ ਦੇਸ਼ ਨੇ ਕੀਤੀਆਂ ਹੋਈਆਂ। ਤਾਂ ਬਿਲਕੁਲ ਭਾਰਤ ਇੱਕ ਚੰਗੀ ਸਥਿਤੀ ਦੇ ਵਿੱਚ ਹੈਗਾ ਔਰ ਹੁਣ ਤੱਕ ਵਰਲਡ ਕੱਪ ਦੇ ਵਿੱਚ ਸਾਰੇ ਦੇ ਸਾਰੇ ਮੈਚ ਹੀ ਭਾਰਤ ਦੇ ਵੱਲੋਂ ਜਿੱਤੇ ਗਏ ਆ। ਔਰ ਸਟਾਰ ਬੱਲੇਬਾਜ਼ ਸ਼ੁਭਮਨ ਗਿੱਲ ਦੇ ਇਸ ਟਾਈਮ ਜੱਦੀ ਪਿੰਡ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ, ਜਿੱਥੇ ਕਿਸੇ ਵਿਆਹ ਵਰਗਾ ਮਾਹੌਲ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ। ਤਾਂ ਕੱਲ੍ਹ ਹੋਣ ਜਾ ਰਹੇ ਫਾਈਨਲ 'ਤੇ ਸਭ ਦੀਆਂ ਨਿਗਾਹਾਂ ਹੈਗੀਆਂ ਔਰ ਇੰਡੀਆ ਜਿੱਤੇਗਾ ਇਸ ਦੀ ਕਾਮਨਾ ਕੀਤੀ ਜਾ ਰਹੀ ਹੈ। ਵੀਡੀਓ ਜਰਨਲਿਸਟ ਮੋਟੀ ਬਜ਼ਾਜ਼ ਦੇ ਨਾਲ ਰਵਿੰਦਰ ਤਨੇਜਾ, ਸਾਂਝਾ ਟੀਵੀ ਪੰਜਾਬ।